ਕਹਿੰਦੇ ਨੇ ਜਦੋਂ ਕਿਸੇ ਮਾਂ ਦੇ ਘਰੇ ਜਵਾਕ ਪੈਦਾ ਹੁੰਦਾ ਤੇ ਪੂਰੇ ਪਰਿਵਾਰ ਦੀਆਂ ਵਧਾਈਆਂ ਉਹਨਾਂ ਦੀ ਝੋਲੀ ਆਣ ਪੈਂਦੀਆਂ। ਜਦੋਂ ਕਿਸੇ ਗੀਤਕਾਰ ਦਾ ਗੀਤ ਹਿੱਟ ਹੁੰਦਾ ਹੈ ਤੇ ਪੂਰੇ ਵਰਲਡ ਦੀਆਂ ਵਧਾਈਆਂ ਉਹਨਾਂ ਦੀ ਝੋਲੀ ਆਣ ਪੈਂਦੀਆਂ। ਤੇ ਬਿਲਕੁਲ ਜੀ, ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਜੀ ਸੰਤੋਖ ਤਾਜਪੁਰੀ। ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ, ਤਾਂ ਉਹਨਾਂ ਨੇ ਅਨੇਕਾਂ ਹੀ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਨੇ ਤੇ ਅੱਜ ਪਹੁੰਚੇ ਨੇ ਸਟੂਡੀਓ ਵਿੱਚ। ਆਓ ਫਿਰ ਕਰਦੇ ਹਾਂ ਉਹਨਾਂ ਦੇ ਨਾਲ ਮੁਲਾਕਾਤ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਾਡੇ ਸਟੂਡੀਓ ਦੇ ਵਿੱਚ। ਧੰਨਵਾਦ। ਗੱਲਬਾਤ ਕਰਦੇ ਹਾਂ ਤੁਹਾਡੀ ਲੇਖਣੀ ਤੋਂ, ਕਿਸ ਤਰ੍ਹਾਂ ਸ਼ੁਰੂਆਤ ਹੋਈ? ਸ਼ੁਰੂਆਤ ਮੈਡਮ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਜਦੋਂ ਮੈਂ 4th-5th ਕਲਾਸ ਵਿੱਚ ਸੀਗਾ, ਮੇਰੇ ਨਾਲ ਬੱਚੇ ਇਹੋ ਜਿਹੇ ਸੀਗੇ ਜਿਹੜੇ ਸੰਗੀਤ ਨਾਲ ਬਹੁਤ ਤਾਲਮੇਲ ਰੱਖਦੇ ਸੀ। ਅਸੀਂ ਹਮੇਸ਼ਾ ਹੀ ਬਾਲ ਸੁਭਾਵਾਂ ਜਿਹੜੀਆਂ ਹੁੰਦੀਆਂ ਸਕੂਲਾਂ ਦੇ ਵਿੱਚ ਉਹਨਾਂ ਦੇ ਵਿੱਚ ਗੁਣਗੁਣਾਉਂਦੇ ਅਤੇ ਛੋਟੇ ਛੋਟੇ ਪ੍ਰੋਗਰਾਮ ਵਿੱਚ ਹਿੱਸੇ ਲੈਂਦੇ ਰਹਿੰਦੇ ਸੀ। ਉਸ ਦੇ ਨਾਲ ਜਿੱਦਾਂ ਮਾਸਟਰ ਸੀਗੇ ਸਾਡੇ ਹੱਲਾਸ਼ੇਰ ਦਿੰਦੇ ਰਹੇ, ਉਹਦੇ ਨਾਲ ਸਾਡਾ ਜਿਹੜਾ ਰੂਟੀਨ ਜਿਹੜਾ ਬਣਿਆ ਰਿਹਾ ਜੀ। ਅਸੀਂ ਕੁਝ ਵੀ ਲਿਖਦੇ ਹਾਂ ਤੇ ਉਹਦੇ ਲਈ ਸਾਨੂੰ ਸਾਡਾ ਗੁਰੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਕਿਹਨਾਂ ਕੋਲੋਂ ਤੁਸੀਂ ਸਿੱਖਿਆ? ਸਭ ਤੋਂ ਪਹਿਲਾਂ ਜੀ ਸਾਡੇ ਉਸਤਾਦ ਜੀ ਜਨਾਬ ਹਾਕਮ ਬਖਤਰੀ ਵਾਲਾ ਜੀ, ਅਤੇ ਮੈਂ ਵੈਸੇ ਮੈਡੀਕਲ ਲਾਈਨ ਦੇ ਵਿੱਚ ਹੈ, ਮੈਂ ਕਲੀਨਿਕ 'ਤੇ ਕੰਮ ਕਰਦੇ ਸੀਗੇ ਜੀ। ਤਾਂ ਮੈਂ ਪੜ੍ਹਨ ਦਾ ਬਹੁਤ ਸ਼ੌਕੀਨ ਸੀਗਾ ਪਹਿਲਾਂ ਤੋਂ ਹੀ। ਇੱਕ ਮੈਗਜ਼ੀਨ ਚੱਲਦਾ ਸੀਗਾ ਰਜਨੀ ਮੈਗਜ਼ੀਨ, ਉਹਨਾਂ ਦੇ ਵਿੱਚ ਸਨਮੁਖ ਸਿੰਘ ਆਜ਼ਾਦ ਉਸ ਟਾਈਮ ਗੀਤ ਹਿੱਟ ਹੋਏ ਸੀ, ਤਲਵਾਰ ਮੈਂ ਗੱਲ ਗੀਤ ਧਰਦੀ ਹਾਂ, ਚਮਕੀਲਾ ਜੀ ਨੇ ਉਹਨੇ ਗੀਤ ਗਾਏ ਸੀਗੇ, ਉਹਨਾਂ ਦੇ ਇੰਟਰਵਿਊ ਛਪੀ ਸੀਗੇ ਜੀ। ਉਹਦੇ ਵਿੱਚ ਆਜ਼ਾਦ ਸਾਹਿਬ ਨੇ ਬਹੁਤ ਖੁਲਾਸੇ ਕੀਤੇ ਹਾਕਮ ਉਹਨਾਂ ਬਾਰੇ ਕਿ ਸਭ ਤੋਂ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਗਾ, ਮੈਂ ਹਾਕਮ ਇੱਕ ਇਹੋ ਜਿਹਾ ਸ਼ਖਸ ਆ ਜਿਹਨਾਂ ਨੇ ਮੈਨੂੰ ਸਾਈਕਲ ਲੈ ਕੇ ਦਿੱਤਾ ਔਰ ਸਾਈਕਲ 'ਤੇ ਮੈਂ ਸਫ਼ਰ ਕਰਦਾ, ਹੁਣ ਮੈਂ ਵਧੀਆ ਕਿਸੇ ਵੀ ਕਲਾਕਾਰ ਦੇ ਦਫ਼ਤਰ ਜਾਂਦਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਤਾਂ ਮੇਰੇ ਦਿਲ ਦੇ ਵਿੱਚ ਇੱਕ ਬਲਬਲਾ ਜਿਹਾ ਉੱਠ ਕੇ ਹਾਕਮ ਜੀ ਉਹਨਾਂ ਨੂੰ ਮਿਲਿਆ ਜਾਵੇ, ਕਿਉਂ ਵਧੀਆ ਇਨਸਾਨ ਉਹਨਾਂ ਨੇ ਸਿਫਤਾਂ ਕਰ ਦਿੱਤੀਆਂ ਮੈਗਜ਼ੀਨ ਦੇ ਵਿੱਚ। ਤਾਂ ਇਸ ਤਰ੍ਹਾਂ ਮੈਂ ਇੱਕ ਮੇਰਾ ਫਰੈਂਡ ਬਾਗੀ ਮਹਿਰਮਪੁਰੀ, ਅਸੀਂ ਮਿਲਦੇ ਰਹਿੰਦੇ ਸੀ ਅਕਸਰ, ਅਤੇ ਨਾਲ ਲੈ ਕੇ ਅਸੀਂ ਕਿ ਚਲੋ ਮਿਲ ਕੇ ਆਈਏ ਅਸੀਂ ਲੁਧਿਆਣੇ ਜੀ। ਜਾ ਕੇ ਉਸ ਟਾਈਮ ਉਹਨਾਂ ਦੀ ਟੇਪ ਆਈ ਸੀਗੀ ਕੁੜਤੀ ਮੱਛਰਦਾਨੀ ਵਰਗੀ, ਅਸੀਂ ਜਾ ਕੇ ਸਮਰਾਲਾ ਚੌਂਕ ਤੋਂ ਕੈਸਟ ਖਰੀਦੀ, ਕੈਸਟ ਖਰੀਦ ਕੇ ਫੋਨ ਕੀਤਾ ਤਾਂ ਫੋਨ ਸਾਡੇ ਸਤਿਕਾਰ ਜੋ ਬੀਜੀ ਦਲਜੀਤ ਕੌਰ ਜੀ ਨੇ ਚੱਕਿਆ, ਜਿਹੜੇ ਉਹਨਾਂ ਦੇ ਜੀਵਨ ਸਾਥੀ, ਉਹਨਾਂ ਨੇ ਫੋਨ ਚੱਕਿਆ ਅਤੇ ਅਸੀਂ ਕਿਹਾ ਵੀ ਬੀਜੀ ਇੱਦਾਂ ਕਰਕੇ ਅਸੀਂ ਆਏ ਹਾਂ ਨਵਾਂ ਸ਼ਹਿਰ ਤੋਂ, ਵੀ ਤੁਸੀਂ ਕਿੱਦਾਂ? ਮੈਂ ਕਿਹਾ ਵੀ ਅਸੀਂ ਮਿਲਣਾ ਚਾਹੁੰਦੇ ਗੁਰੂ ਜੀ ਹੁਣ। ਕਹਿੰਦੇ ਤੁਹਾਡਾ ਨਾਂ ਕੀ ਆ? ਮੈਂ ਕਿਹਾ ਸੰਤੋਖ। ਕਹਿੰਦੇ ਬੇਟਾ ਪਹਿਲੀ ਵਾਰ ਨਾਂ ਸੁਣਿਆ ਤੁਹਾਡਾ, ਵੀ ਤੁਸੀਂ ਸਾਡੇ ਕੋਲ ਕਦੇ ਆਏ ਤਾਂ ਨਹੀਂ? ਮੈਂ ਕਿਹਾ ਜੀ ਅਸੀਂ ਬਸ ਮਿਲਣਾ, ਫਸਟ ਟਾਈਮ ਮਿਲਣਾ। ਕਹਿੰਦੇ ਆ ਜਾਓ, ਸਾਨੂੰ ਪਤਾ ਨਹੀਂ ਸੀਗਾ, ਸਾਨੂੰ ਦੱਸਿਆ ਉਹਨਾਂ ਰਸਤਾ ਸੀ ਬੱਸ ਸਟੈਂਡ ਤੋਂ ਲਾਲ ਕੋਠੀ, ਉਸ ਟਾਈਮ ਮਸ਼ਹੂਰ ਹੁੰਦੀ ਸੀ ਪਰਮਿੰਦਰ ਸੰਧ ਦਫ਼ਤਰ ਜੀ ਜੀ ਜੀ, ਅਤੇ ਉੱਥੇ ਚਲੇ ਗਿਆ। ਉੱਥੋਂ ਕਹਿੰਦੇ ਵੀ ਅਸੀਂ ਕਿਹਾ ਇੱਥੇ ਪਹੁੰਚ ਗਿਆ, ਚਲੋ ਉਹਨੀ ਬੇਟੀਆਂ ਨੂੰ ਭੇਜਿਆ ਲੈਣ ਵਾਸਤੇ ਗੱਡੀ 'ਚ, ਕਿੱਡੀ ਵੱਡੀ ਉਹਨਾਂ ਦੀ ਫਰਾਕ ਦੇ ਲਈ ਆ। ਔਰ ਅਸੀਂ ਜਦੋਂ ਉੱਥੇ ਗਏ, ਦਫ਼ਤਰ ਗਏ, ਤਾਂ ਉੱਥੇ ਮੂਹਰੇ ਬਲਕਾਰ ਸਿੱਧੂ ਜੀ, ਹਰਦੇਵ ਮਾਹੀ ਨੰਗਲ ਜੀ ਰੈਸਲ ਕਰਦੇ, ਸਾਡੇ ਫਸਟ ਟਾਈਮ ਗਏ, ਅਸੀਂ ਤਾਂ ਦੇਖ ਕੇ ਐਡੇ ਬੜੇ ਸਤਾਰਾਂ ਨੂੰ ਪਹਿਲੇ ਸਾਡੇ ਹੋਸ਼ ਉੱਡ ਗਏ, ਅਸੀਂ ਕਿੱਥੇ ਆ ਗਏ? ਠੀਕ ਹੈ ਬੇਟਾ, ਦਿਖਾ ਲਓ ਕੀ ਲੈ ਕੇ ਆਏ ਹਾਂ। ਮੇਰੇ 5-7 ਗੀਤ ਉਸ ਟਾਈਮ ਕਾਪੀ ਦੇ ਲਿਖੇ ਸੀਗੇ, ਲੈ ਗਏ। ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਆ ਮੈਂ ਦੇਖ ਲਿਆ ਵੀ ਤੁਸੀਂ ਇਸ ਇੰਨੀ ਤਰੀਕ ਨੂੰ ਮੇਰੇ ਕੋਲ ਆਇਓ। ਜਦੋਂ ਮੈਂ ਗਿਆ ਤਾਂ ਮੈਨੂੰ ਸਾਰਾ ਕੁਛ ਉਹਨੂੰ ਸਮਝਾਇਆ ਕਿ ਬੇਟਾ ਆ ਇੱਦਾਂ ਇੱਦਾਂ ਕਰਕੇ ਆ, ਕੱਟ ਵੱਟ ਕਰਕੇ, ਤਾਂ ਵੀ ਤੁਸੀਂ ਫਿਰ ਆਇਓ ਟਾਈਮ ਲੈ ਕੇ। ਫਿਰ ਮੈਂ ਹਫ਼ਤੇ ਬਾਅਦ 10 ਦਿਨ ਬਾਅਦ ਫੋਨ ਕੀਤਾ ਅਤੇ ਮੈਨੂੰ ਗੱਡੀ 'ਚ ਬਿਠਾ ਕੇ ਫਾਰਮ ਹਾਊਸ 'ਤੇ ਲੈ ਗਿਆ ਆਪਣੇ, ਲਿਜਾ ਕੇ ਉਹਨਾਂ ਦੇ ਬਹੁਤ ਵਧੀਆ ਜਿੱਦਾਂ ਸ਼ੂਟਿੰਗ ਕਰਨ ਵਾਲਾ ਹਰ ਇੱਕ ਇਨਸਾਨ ਹੈ, ਇੰਨੇ ਫਕਰ ਦੇ ਲਈ ਆ, ਫਕੀਰ ਜਿੱਦਾਂ ਫਕਰ ਲੋਕ ਹੈ ਇਸ ਤਰ੍ਹਾਂ ਸੀਗੇ। ਉਹਨਾਂ ਨੇ ਹਰ ਇੱਕ ਚੀਜ਼ ਰੱਖੀ, ਬਤਕਾਂ, ਕੁੱਤੇ, ਕਬੂਤਰ, ਹਰ ਇੱਕ ਚੀਜ਼ ਅਲੱਗ ਅਲੱਗ ਉਹਨਾਂ ਨੇ ਬਣਾਇਆ, ਉਹ ਪੋਰਸ਼ਨ ਸਾਰਾ ਕੁਛ ਬਣਾਇਆ, ਬਹੁਤ ਵਧੀਆ ਫਾਰਮ ਹਾਊਸ। ਉੱਥੇ ਅਸੀਂ ਨਾਲੇ ਘੁੰਮਦੇ ਫਿਰਦੇ, ਤਾਂ ਮੈਨੂੰ ਸਾਰਾ ਕੁਛ ਉਹਨੂੰ ਸਮਝਾਇਆ ਕਿ ਬੇਟਾ ਇੱਦਾਂ ਇੱਦਾਂ ਕਰਕੇ। ਤਾਂ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਬਰੀਕੀਆਂ ਦੱਸੀਆਂ, ਅੱਜ ਵੀ ਚੱਲਣੇ ਆ, ਅੱਜ ਵੀ ਸਿੱਖ ਦਿਨਾਂ ਤੋਂ। ਤੋ ਸਾਡੇ ਉਸਤਾਦ ਜੀ ਹਾਕਮ ਬਖਤਰੀ ਵਾਲਾ, ਜਿਨ੍ਹਾਂ ਨੇ ਮੈਨੂੰ ਇਸ ਪੱਕੇ ਤੌਰ 'ਤੇ ਇਸ ਲਾਈਨ ਦੇ ਵਿੱਚ ਪਾਇਆ ਜੀ। ਜੇ ਅਸੀਂ ਗੱਲ ਕਰੀਏ ਜੀ ਇਸ ਪੰਜਾਬੀ ਇੰਡਸਟਰੀ ਦੇ ਵਿੱਚ, ਤਾਂ ਹਾਕਮ ਜੀ ਦਾ ਬਹੁਤ ਨਾਮ ਹੈ, ਬਹੁਤ ਚੇਲੇ ਨੇ ਉਹਨਾਂ ਦੇ, ਔਰ ਉਹਨਾਂ ਦੇ ਚੇਲੇ ਦੇਖੋ, ਉਹਨਾਂ ਦੇ ਨਕਸ਼ੇ ਕਰਨ 'ਤੇ ਚੱਲ ਕੇ ਉਹਨਾਂ ਦਾ ਨਾਮ ਰੋਸ਼ਨ ਕਰ ਰਹੇ ਨੇ। ਗੁਰੂ ਨੂੰ ਵੀ ਉਦੋਂ ਹੀ ਖੁਸ਼ੀ ਮਿਲਦੀ ਹੈ ਕਿ ਜਦੋਂ ਉਹਨਾਂ ਦੇ ਚੇਲੇ ਉਹਨਾਂ ਦਾ ਨਾਮ ਰੋਸ਼ਨ ਕਰਦੇ ਆ ਅਤੇ ਚੰਗੀ ਚੀਜ਼ ਨੂੰ ਪ੍ਰਮੋਟ ਕਰਦੇ ਆ। ਗੱਲਬਾਤ ਕਰਦੇ ਹਾਂ, ਜਦੋਂ ਲੇਖਣੀ ਅਸੀਂ ਲਿਖਦੇ ਹਾਂ ਅਤੇ ਕਿੱਦਾਂ ਦੇ ਮਨ 'ਚ ਖਿਆਲ ਆਉਂਦੇ ਨੇ, ਜਾਂ ਅਸੀਂ ਸੱਭਿਆਚਾਰ ਦੇ ਲਿਖਦੇ ਹਾਂ ਜਾਂ ਮਾਂ ਬੋਲੀ 'ਤੇ ਲਿਖਦੇ ਹਾਂ, ਜਾਂ ਮਤਲਬ ਕਿਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕਰਦੇ ਹੋ ਆਪਣੀ ਲੇਖਣੀ ਵਿੱਚ? ਮੈਡਮ, ਜਿਹੋ ਜਿਹੇ ਹਾਲਾਤਾਂ ਦੇ ਵਿੱਚ ਵਿਚਰਦੇ ਹਾਂ, ਅਸੀਂ ਮੈਟਰ ਪੜ੍ਹਦੇ ਹਾਂ ਜੀ। ਜਿੰਨੇ ਸਾਹਿਤਕਾਰ ਹੋਏ, ਗੀਤਕਾਰ ਹੋਏ, ਵਧੀਆ ਗੀਤਕਾਰ ਜ਼ਿਆਦਾ ਮੈਟਰ ਪੜ੍ਹਦੇ ਆ, ਲਿਟਰੇਚਰ ਜ਼ਿਆਦਾ ਸਟੱਡੀ ਕਰਦੇ ਆ। ਅਸੀਂ ਲਿਟਰੇਚਰ ਸਟੱਡ, ਮੈਂ ਸ਼ਿਵ ਕੁਮਾਰ ਬਟਾਲੀ ਜੀ ਬਹੁਤ ਪੜ੍ਹਿਆ, ਕਾਫੀ ਬਾਬਾ ਬੁੱਲੇ ਸ਼ਾਹ ਦੀ ਬਹੁਤ ਕਿਤਾਬਾਂ ਪੜ੍ਹੀਆਂ, ਉਹਨਾਂ ਦੇ ਵਿੱਚੋਂ ਜੋ ਵੀ ਸਾਨੂੰ ਦੇਖਦੇ ਹਾਂ ਕੁਛ ਸਮਾਜ ਦੇ ਵਿੱਚੋਂ, ਸਮਾਜਿਕ ਰੀਤੀਆਂ ਜਿਵੇਂ ਨਸ਼ਿਆਂ ਦਾ ਦੌਰ, ਅਸੀਂ ਕਹਿੰਦੇ ਵੀ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ, ਸਾਡੇ ਬੱਚੇ ਜਿਹੜੇ ਆ ਉਹ ਸਾਡੇ ਕਲਚਰ ਨਾਲ ਜੁੜੇ ਰਹਿਣਾ, ਇਸ ਕਰਕੇ ਅਸੀਂ ਜ਼ਿਆਦਾ ਇਸ ਤਰ੍ਹਾਂ ਦੇ ਗੀਤ ਜਿਹੜੇ ਆ ਪੰਜਾਬੀ ਸੱਭਿਆਚਾਰ ਬਾਰੇ ਲਿਖਦੇ ਹਾਂ।
ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ, ਪਰ ਗੱਲ ਕਰਦੇ ਹਾਂ ਅੱਜ ਆਪਣੇ ਪਰਿਵਾਰ ਦੀ। ਅਸੀਂ ਹਰ ਚੀਜ਼ ਨੂੰ ਸੋਚ ਕੇ ਸਮਝ ਕੇ ਲਿਖਦੇ ਹਾਂ ਤੇ ਲੋਕਾਂ ਦੇ ਵਿੱਚ ਰੁਸ਼ਨਾਉਂਦੇ ਹਾਂ। ਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਵਾਕਈ ਇਹਨਾਂ ਨਕਸ਼ੇ ਕਦਮ ਤੇ ਤੁਰੇਗੀ, ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਏਗੀ? ਬਿਲਕੁਲ ਮੈਡਮ, ਮੇਰੇ ਦੋ ਬੇਟੀਆਂ ਇੱਕ ਬੇਟਾ ਆ। ਜਿਸ ਟਾਈਮ ਮੈਂ ਲਿਖਦਾ ਦੁਕਾਨ 'ਚ ਬੈਠ ਕੇ ਲਿਖਦਾ ਜਾਂ ਰਾਤ ਨੂੰ, ਦੁਕਾਨ ਵੀ ਨਾਲ ਹੀ ਆਪਣੇ ਹੈਗੀ ਆ ਜੀ, ਅਤੇ ਮੈਂ ਆਪਣੇ ਬੇਟੀਆਂ ਨੂੰ ਵਿਖਾਲਦਾ ਜੀ, ਬੇਟੇ ਨੂੰ ਵਿਖਾਲਦਾ, ਵਾਈਫ ਨੂੰ ਵਿਖਾਉਂਦਾ। ਮੈਂ ਕਹਿੰਦੇ ਆਪ ਕਹਿੰਦੇ ਵੀ ਤੁਸੀਂ ਕੀ ਲਿਖਦੇ? ਮੈਂ ਕਿਹਾ ਆਹ ਲਿਖਦਾ। ਕਿਆ ਬਾਤ! ਸਭ ਕੁਝ ਦਿਖਾ ਗਿਆ ਮੇਰੀ, ਈਵਨ ਕਿ ਮੈਂ, ਮੇਰੀ ਮਦਰ ਆ ਥੋੜ੍ਹੀ ਬਜ਼ੁਰਗ ਆ, ਮੈਂ ਉਹਨਾਂ ਨੂੰ ਵੀ ਕਈ ਵਾਰੀ ਸੁਣਾਉਂਦਾ, ਮੰਮਾ ਹਾਂ ਮੈਂ ਆਹ ਲਿਖਿਆ ਜੀ। ਇਸ ਕਰਕੇ ਮੈਂ ਕਦੇ ਕੋਈ ਘਰ ਦੇ ਪਰਿਵਾਰ ਤੋਂ ਕੁਛ ਪਾਇਆ ਨਹੀਂ ਗਾ। ਸਾਡੇ ਡੈਡੀ ਸੀਗੇ ਜਿਸ ਟਾਈਮ ਮੇਰਾ ਗੀਤ ਇੱਕ ਹਿੱਟ ਹੋਇਆ ਸੀਗਾ, ਅੱਜ ਕੱਲ੍ਹ ਬਾਅਦ ਵਿੱਚ ਨਸੀਬੋ ਲਾਲ ਨੇ ਵੀ ਗਾਇਆ ਸੀ ਗੀਤ, ਉਹ ਜਨਾਬ ਚਰਨਜੀਤ ਹੋਜਾ ਜੀ ਨੇ ਸੰਗੀਤ ਕੀਤਾ ਸੀਗਾ ਜੀ। ਅਤੇ ਉਸ ਟਾਈਮ ਗੀਤ ਥੋੜ੍ਹਾ, ਗੀਤ ਦੇ ਫਿਲਮਾਂਕਣ ਦੇ ਕਰਨੇ ਗੀਤ ਥੋੜ੍ਹਾ ਅਰਥ ਬਦਲ ਜਾਂਦੇ ਕਈ ਵਾਰੀ, ਦੇਖਣ ਵਾਲੇ ਲੱਗਦਾ ਹੁੰਦਾ, ਬਟ ਮੇਰੀ ਜਿਹੜੀ ਸੋਚ ਸੀ ਉਹ ਠੀਕ ਸੀ, ਸਾਫ਼ ਸੀਗੀ। ਹਾਂਜੀ, ਗੱਲਾਂ ਬਹੁਤ ਸਾਰੀਆਂ ਨੇ ਮੇਰੇ ਮਨ ਵਿੱਚ, ਜੀ ਕਰਦਾ ਉਹਨਾਂ ਗੱਲਾਂ ਨੂੰ ਮੈਂ ਨਾਲ ਦੀ ਨਾਲ ਕਰ ਹੀ ਦੇਵਾਂ, ਕਿਉਂਕਿ ਕਹਿੰਦੇ ਜਿਹੜਾ ਮਨ 'ਚ ਵਲਵਲਾ ਹੋਵੇ ਉਹਨੂੰ ਕੱਢ ਲੈਣਾ ਚਾਹੀਦਾ। ਸਿੰਗਰ ਜਦੋਂ ਗੀਤ ਗਾਉਂਦਾ, ਸਿੰਗਰ ਜਦੋਂ ਗੀਤ ਗਾਉਂਦਾ ਤੇ ਬਹੁਤ ਜ਼ਿਆਦਾ ਹਿੱਟ ਹੋ ਜਾਂਦਾ, ਤੇ ਉਹ ਆਪਣੀ ਰਾਈਟਰ ਨੂੰ ਆਪਣੇ ਨਾਲ ਜ਼ਿਆਦਾ ਪ੍ਰਮੋਟ ਕਿਉਂ ਨਹੀਂ ਕਰਦਾ? ਮੈਡਮ ਦੇਖੋ, ਗੱਲ ਇੱਦਾਂ ਹੈ ਵੀ ਜਦੋਂ ਮੇਰੇ ਪਹਿਲੇ ਗੀਤ ਦੋ ਰਿਕਾਰਡ, ਮੈਂ ਚਲੋ ਗੀਤ ਮੇਰੇ ਪਹਿਲਾਂ ਵੀ ਕਾਫ਼ੀ, ਉਸ ਟਾਈਮ ਵੀ ਮੇਰੇ 15-20 ਰਿਕਾਰਡ ਹੋ ਚੁੱਕੇ ਜਿਸ ਟਾਈਮ ਗੀਤ ਹਿੱਟ ਜਿਹੜੇ ਸੀ ਉਹ ਰਿਕਾਰਡ ਹੋਏ ਜੀ। ਅਤੇ ਜਿਸ ਟਾਈਮ ਦੋ ਗੀਤ ਰਿਕਾਰਡ ਹੋਏ ਤਾਂ ਮੇਰਾ ਨਵੀਂ ਮੈਰਿਜ ਹੋਈ ਸੀ, ਉਹ ਜੋ ਸਾਹਿਬ ਨੇ ਮੈਨੂੰ ਦਿੱਲੀ ਤੋਂ ਫੋਨ ਕੀਤਾ, ਮੈਂ ਫੋਨ ਨਾ ਚੱਕ ਸਕਿਆ, ਬਿਜ਼ੀ ਸੀ ਥੋੜ੍ਹੇ ਜਿਹਾ। ਅਤੇ ਜਦੋਂ ਮੈਂ 3-4 ਦਿਨ ਮੈਨੂੰ ਉਹ ਕੰਟੀਨਿਊ ਫੋਨ ਕਰਦੇ ਰਿਹਾ ਤਾਂ ਮੈਨੂੰ ਕਹਿੰਦੇ ਕੰਜਰਾ ਫੋਨ 'ਤੇ ਚੱਕ ਹੈ। ਮੈਂ ਕਿਹਾ ਹਾਂਜੀ ਗੁਰੂ ਜੀ ਦੱਸੋ। ਮੈਂ ਇੱਕਦਮ, ਮੈਂ ਕਹਿੰਦਾ ਮੈਂ ਹੂਜਾ ਦਿੱਲੀ ਤੋਂ ਬੋਲਦਾ, ਮੈਂ ਇੱਕ ਦਿਨ ਤਰੋ ਕੇ ਉੱਠਿਆ। ਮੈਂ ਕਿਹਾ ਹਾਂਜੀ ਗੁਰੂ ਜੀ ਦੱਸੋ। ਕਹਿੰਦੇ ਬੇਟੇ ਫੋਨ ਆਪਣਾ ਲਾ ਕੇ ਦੇਖੇ PTC ਪੰਜਾਬੀ, ਜਿਸ ਟਾਈਮ 'ਚ PTC ਪੰਜਾਬੀ ਚੈਨਲ ਆਇਆ ਤਾਂ ਉੱਥੇ ਮੇਰਾ ਗੀਤ ਚੱਲਦਾ ਸੀਗਾ, ਤਾਂ ਇੰਨਾ ਜ਼ਿਆਦਾ ਖੁਸ਼ ਹੋਈ, ਬਹੁਤ ਜ਼ਿਆਦਾ ਮੈਂ ਭਾਵੁਕ ਹੋ ਕੇ, ਜਾਣੀ ਕਿ ਇੰਨਾ, ਜਾਣੀ ਕਿ ਮੈਂ ਸਾਰੇ ਨੂੰ ਆਪਣੇ ਘਰਦਿਆਂ ਮੈਂਬਰਾਂ ਨੂੰ ਦੱਸਦਾ ਫਿਰਦਾ ਸੀ। ਅਕਸਰ ਜਦੋਂ ਸਿੰਗਰ ਹਿੱਟ ਹੋ ਜਾਂਦਾ ਉਹਦੀ ਆਪਣੀਆਂ ਕਾਰਾਂ ਕੋਠੀਆਂ ਬਣ ਜਾਂਦੀਆਂ ਨਾ, ਕਿਤੇ ਨਾ ਕਿਤੇ ਜਿਹੜਾ ਗੀਤਕਾਰ ਲਿਖਣ ਵਾਲਾ ਉਹ ਹਮੇਸ਼ਾ ਪੜਦੇ ਦੇ ਪਿੱਛੇ ਰਹਿ ਜਾਂਦਾ, ਤੇ ਅੱਜ ਅਸੀਂ ਉਹਨਾਂ ਨੂੰ ਪੜਦੇ ਅੱਗੇ ਲੈ ਕੇ ਆ ਰਹੇ ਹਾਂ ਤਾਂ ਕਿ ਉਹਨਾਂ ਨੂੰ ਵੀ ਲੋਕ ਜਾਣਨ ਕਿ ਜਿਹੜੇ ਲੋਕ ਲਿਖਦੇ ਨੇ, ਮਿਹਨਤ ਕਰਦੇ ਨੇ, ਰਾਤਾਂ ਨੂੰ ਜਾਗ ਜਾਗ ਕੇ ਇਕੱਲਾ ਇਕੱਲਾ ਵਰਡ ਸੋਚ ਸੋਚ ਕੇ ਲਿਖਦੇ ਨੇ, ਜਿਹਨਾਂ ਦੇ ਪ੍ਰਤੀ ਇਹ ਸਿੰਗਰ ਬਹੁਤ ਜ਼ਿਆਦਾ ਹਿੱਟ ਹੋ ਜਾਂਦੇ ਨੇ, ਤੇ ਉਹਨਾਂ ਨੂੰ ਅਸੀਂ ਪੜਦੇ ਪਿੱਛੇ ਕਿਉਂ ਰੱਖਦੇ ਹਾਂ? ਉਹਨਾਂ ਨੂੰ ਵੀ ਉਨਾ ਹੀ ਹੱਕ ਹੈ ਦੁਨੀਆਂ ਵਿੱਚ ਆਉਣ ਦਾ, ਆਪਣੀ ਹਰ ਇੱਕ ਚੀਜ਼ ਨੂੰ ਸਾਰੀ ਦੁਨੀਆਂ ਦੇ ਵਿੱਚ ਫਰਮਾਉਣ ਦਾ। ਕੀ ਕਹਿਣਾ ਚਾਹੁੰਦੇ ਨੇ ਜੀ ਆਪਣੀ ਲੇਖਣੀ ਦੇ ਪ੍ਰਤੀ ਔਰ ਅੱਜ ਕੱਲ੍ਹ ਦੇ ਨਵੇਂ ਨਵੇਂ ਰਾਈਟਰਾਂ ਦੇ ਪ੍ਰਤੀ? ਮੈਡਮ, ਜਦੋਂ ਜਿਹੜੀ ਤੁਸੀਂ ਮਿਹਨਤਾਨਾ ਦੀ ਗੱਲ ਕਰਦੇ ਆ, ਮੈਨੂੰ ਅਹੁਜਾ ਸਾਹਿਬ ਨੇ ਮਿਹਨਤਾਨਾ ਦਿੱਤਾ ਜੀ। ਉਹਨਾਂ ਨੇ ਦੋ ਗੀਤ ਮੇਰੇ ਕੀਤੇ ਸੀਗੇ, ਉਹਨਾਂ ਦਾ ਮੈਨੂੰ ਗੋਗੀ ਵੈਂਸ ਸਿੰਗਰ ਸੀਗਾ ਕੈਨੇਡਾ, ਅਤੇ ਉਹਨਾਂ ਨੇ ਮੈਨੂੰ ਮਿਹਨਤ ਦਿੱਤੀ ਆ। ਇੱਕ ਕੁਮਾਰ ਸੰਜੀਵ ਲੁਧਿਆਣੇ ਤੋਂ ਆ, ਅੱਜ ਕੱਲ੍ਹ ਬਹੁਤ ਜਗਰਾਤੇ ਬਹੁਤ ਉਹਨਾਂ ਦੇ ਹਿੱਟ ਹੁੰਦੇ ਆ ਜੀ, ਉਹਨਾਂ ਨੇ ਮਿਹਨਤ ਦਿੱਤੀ ਸੀ। ਕਈ ਸਿੰਗਰ ਹੈਗੇ ਜਿਹਨਾਂ ਨੇ ਮੈਨੂੰ ਮਿਹਨਤ ਵੀ ਦਿੰਦੇ ਲਿਖਣ ਦੇ, ਹੁਣ ਦੇਣ ਲੱਗ ਪਏ ਮਿਹਨਤਾਂ 'ਚ ਜੀ। ਮਤਲਬ ਉਹੀ ਕੰਮ ਹੋ ਗਿਆ ਨਾ ਕਿ ਜਦੋਂ ਅਸੀਂ ਨਵਾਂ ਸਟੈਪ ਚੱਕਦੇ ਹਾਂ ਫਿਰ ਲੋਕ ਸਾਨੂੰ ਯੂਜ਼ ਕਰਦੇ ਆ, ਹਾਂਜੀ ਹੈ ਨਾ, ਤੇ ਜਦੋਂ ਅਸੀਂ ਬਹੁਤ ਜ਼ਿਆਦਾ ਫਿਰ ਥੋੜ੍ਹਾ ਬਹੁਤਾ ਦੁਨੀਆਂ ਵਿੱਚ ਆ ਜਾਂਦੇ ਹਾਂ ਤਾਂ ਫਿਰ ਲੋਕ ਕਹਿੰਦੇ ਕਿ ਹਾਂਜੀ ਭਾਜੀ ਤੁਹਾਡੇ ਇੱਕ ਗੀਤ ਦੀ ਕਿੰਨੀ ਪੇਮੈਂਟ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਨਿਮਾਣੇ ਲੋਕ ਹਾਂ, ਕਿਸੇ ਵੀ ਰਾਈਟਰ ਦੀ ਅਸੀਂ ਪੇਮੈਂਟ ਨਹੀਂ ਦੇ ਸਕਦੇ। ਜਿੰਨੀ ਉਹਨਾਂ ਦੀ ਮਿਹਨਤ ਹੁੰਦੀ ਹੈ ਉਹਨਾਂ ਅਸੀਂ ਮੁਆਵਜ਼ਾ ਉਹਨਾਂ ਨੂੰ ਜ਼ਿੰਦਗੀ ਭਰ ਨਹੀਂ ਦੇ ਸਕਦੇ। ਉਹਨਾਂ ਦੀ ਬਦੌਲਤ ਸਾਰੇ ਸਿੰਗਰ ਕਮਾਉਂਦੇ ਨੇ, ਖਾਂਦੇ ਨੇ, ਬਿਲਕੁਲ ਕਾਰਾਂ ਕੋਠੀਆਂ ਵੀ ਲੈ ਲੈਂਦੇ ਨੇ, ਇੱਥੋਂ ਤੱਕ ਕਿ ਫੋਰਨ ਕੰਟਰੀ 'ਚ ਵੀ ਜਾਂਦੇ ਨੇ, ਤੇ ਅਸੀਂ ਕਹਿੰਦੇ ਕਿ ਇਹ ਜਿਹੜੀ ਆਵਾਜ਼ ਹੈ ਫਲਾਣੇ ਸਿੰਗਰ ਦੀ, ਕਦੀ ਇਹ ਨਹੀਂ ਕਿਸੇ ਨੇ ਸੋਚਿਆ ਕਿ ਕਿਸਨੇ ਲਿਖਿਆ ਹੈ, ਕਲਮ ਕਿਸ ਦੀ ਹੈ, ਕਿਹਨਾਂ ਨੂੰ ਤੁਸੀਂ ਫੋਲੋ ਕਰਦੇ ਹੋ? ਦੇਬੀ ਮਕਸੂਸਪੁਰੀ, ਹਾਕਮ ਬਖਤਰੀ, ਬਹੁਤ ਅੱਛੇ ਰਾਈਟਰ ਵੀ ਨੇ ਜੀ, ਬਿਲਕੁਲ। ਉਹਨਾਂ ਦੇ ਉਸਤਾਦ ਜੀ ਸਾਜਨ ਰਾਏ ਕੋਟੀ, ਉਹਨਾਂ ਦੀ ਸੰਗਤ ਵੀ ਉਹਨਾਂ ਦੇ ਥਰੂ ਸਾਨੂੰ ਕਈ ਵਾਰ ਮੌਕਾ ਮਿਲਿਆ ਮਿਲਦਾ ਜੀ। ਕੁਝ ਆਪਣੀਆਂ ਮਨ ਦੀਆਂ ਸਤਰਾਂ ਸਾਡੇ ਨਾਲ ਸ਼ੇਅਰ ਕਰੋ। ਸੌ ਤੇਰੀ ਹਿੱਟ ਜਿਹੜੋ ਮੇਰੇ ਦਿਲ ਦੇ ਜੇ ਕਰੀਬ ਆ, ਔਰ ਗੀਤ ਵੀ ਉਸ ਟਾਈਮ ਆਇਆ ਸੀ ਜਦੋਂ ਬਹੁਤ ਵਧੀਆ ਮਾਹੌਲ ਸੀਗਾ। ਸੌ ਤੇਰੀ ਵਸਦੇ ਉਜੜ ਗਏ, ਜੇ ਤੇਰੇ ਦਾਅਵੇ ਦੇ ਤੰਦ ਉਧੜ ਗਏ, ਬਿਨਾਂ ਖੇਡਿਆ ਬਾਜੀ ਇਸ਼ਕੇ ਦੀ ਅਸੀਂ ਹਰਿਆ ਵਰਗੇ ਹੋ ਗਏ ਹਾਂ, ਤੇਰੇ ਤੋਂ ਵਿਛੜੇ ਜਿਸ ਦਿੰਦੇ ਅਸੀਂ ਮਰਿਆ ਵਰਗੇ ਹੋ ਗਏ ਹਾਂ, ਤੇਰੇ ਤੋਂ ਵਿਛੜੇ ਜਿਸ ਦਿੰਦੇ ਅਸੀਂ ਮਰਿਆ ਵਰਗੇ ਹੋ ਗਏ। ਵਾਕਈ ਜਦੋਂ ਕਿਸੇ ਤੋਂ ਵਿਛੋੜਾ ਪੈਂਦਾ ਬੰਦਾ ਵੈਸੇ ਅੱਧ ਮਰਾ ਹੋ ਜਾਂਦਾ, ਪਰ ਜਦੋਂ ਕਿਸੇ ਤੋਂ ਸਦੀਵੀ ਵਿਛੋੜਾ ਪੈਂਦਾ ਫਿਰ ਤਾਂ ਬੰਦਾ ਨੈਚੁਰਲੀ ਖਤਮ ਹੋ ਜਾਂਦਾ। ਪਰ ਮੈਂ ਪਰਮਾਤਮਾ ਅੱਗੇ ਹੀ ਦੁਆ ਕਰਦੀ ਹਾਂ ਕਦੀ ਕਿਸੇ ਦਾ ਵਿਛੋੜਾ ਨਾ ਪਵੇ, ਖਾਸ ਕਰਕੇ ਉਹ ਚਾਹੇ ਕੋਈ ਪ੍ਰੇਮੀ ਜੋੜਾ ਹੋਵੇ, ਚਾਹੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਮੁਹੱਬਤ ਹੋਵੇ, ਮੁਹੱਬਤ ਵੰਡਿਆ ਕਰੋ, ਮੁਹੱਬਤ ਦਾ ਸੁਨੇਹਾ ਦਿਆ ਕਰੋ। ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਮੈਡਮ ਵੀ ਬਸ ਆਪਣੇ ਸੱਭਿਆਚਾਰ ਨੂੰ ਪਿਆਰ ਕਰੋ, ਆਪਣਾ ਕਲਚਰ ਨਾ ਭੁੱਲੋ, ਆਪਣਾ ਵਿਰਸਾ ਨਾ ਭੁੱਲੋ, ਬਿਲਕੁਲ ਪੰਜਾਬੀ ਬੋਲੀ ਨਾਲ ਜੁੜੇ ਰਹੋ।
ਬਿਲਕੁਲ ਜੀ, ਪਹਿਲਾਂ ਵਾਲੀ ਗੱਲ ਸੇਮ ਗੱਲ ਕਿ ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ, ਪੰਜਾਬੀ ਬੋਲੀ ਦਾ ਸਤਿਕਾਰ ਕਰੋ। ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਸਾਡੇ ਸੰਤੋਖ ਰਾਜਪੁਰੀ ਜੀ, ਜਿਨ੍ਹਾਂ ਨੇ ਇੰਨਾ ਸਮਾਂ ਦਿੱਤਾ, ਇੰਨੀਆਂ ਗੂੜੀਆਂ ਗੱਲਾਂ ਦਾ ਚਾਨਣਾ ਪਾਇਆ, ਅਤੇ ਤੁਸੀਂ ਬਣੇ ਰਹੋ ਸੇਮ ਸੋ ਦੇ ਟਾਈਮ ਦੇ ਨਾਲ। ਕੈਮਰਾਮੈਨ ਅਨੁਰਾਗ ਦੇ ਨਾਲ ਮੈਂ ਹਾਂ ਕੋਮਲ, ਤੁਹਾਡਾ ਆਪਣਾ ਪ੍ਰੋਗਰਾਮ ਮੁਲਾਕਾਤ ਇਹਨਾਂ ਨਾਲ।